स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड माछीके, ये पिंड मोगे जिले का ते निहाल सिंह वाला इहनूं तहसील पैंदी है। मोगे तो बरनाला हाईवे है जिहड़ा दोस्तो, उस हाईवे दे उत्ते उस सड़क दे उत्ते ये पिंड है। जिहड़े घर चों मैं वीडियो बना रहा, पहलां वी वीडियो बनाईआं ते बाई वपार दा काम करदा है, पर जदों इत्थे जर्सी गां दी वीडियो बनाउणे आ, पिछलियां कुछ कु गावां इदां दीआं निकलीआं, हरेक गाहक ने पसंद किया चंगे ढांचिआं दीआं वड्डीआं जर्सी बाई कोल आईआं विकरी वालीआं। अज भी तुहानूं मैं उदां दी इक जर्सी गां दिखाउणी है जिहदा हवाना भी तुहानूं पसंद आउणा है ते थन दा सैज भी बड़ा चंगा। जे कद काठ दी गल करदे आ तां क्लीयर दिसदी है दोस्तो, चंगी वेल ते चंगे कद दी इह गां। ते जे हवाने दी गल करांगे जां थन दे सैज दी गल करांगे तां तुसीं देखोगे बहुत सोहना हाथी चवाई वाला थण, जिहड़ा वीर पशु रखता है जिहड़ा समझदा इन्हां थणां नूं उहदा दिल करूगा इदां दी गां खरीदण नूं, क्योंकि हाथी चवाई वास्ते बहुत सोहना थण इहदा नज़र आ रहा। सो आओ इहदे बारे आपां गल्लबात करिए। वीडियो नूं तुसीं एंड तक देखियो, पसंद जिहनूं आजू उहदा हक है, तुसीं पैसे लाउणे आ के तसली करो हरेक पक्ष तों ते आपदी समझ दे नाल सौदा कर लिओ। आओ बाई नाल गल्लबात करदे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸੀ ਬਾਈ? ਨਾਮ ਬਲਵਿੰਦਰ ਸਿੰਘ ਆ ਬਾਈ। ਠੀਕ ਹੈ ਬਲਵਿੰਦਰ ਬਾਈ, ਅੱਜ ਇੱਕ ਹੋਰ ਜਰਸੀ ਆਪਾਂ ਵਿਖਾ ਰਹੇ ਹਾਂ ਬਾਈ। ਹਾਂ ਜਰਸੀ ਆਪਾਂ ਬਾਈ ਇਹ ਕੱਚੀ ਲਈ ਸੀਗੀ, 10-12 ਦਿਨ ਹੋ ਗਏ ਆਪਣੇ ਕੋਲੇ। ਠੀਕ ਹੈ, ਕਿੰਨਾ ਮਾ ਸੂਆ ਸੁੰਦੀ ਹੈ? ਸੂਆ ਬਾਈ ਦੂਜਾ ਹੀ ਸੁੰਦੀ ਹੈ ਇਹ। ਦੂਜਾ ਸੂਆ? ਹਾਂ ਬਾਈ। ਠੀਕ ਹੈ, ਦਿਨ ਕਿੰਨੇ ਕੁ ਲਊਗੀ? ਦਿਨ ਤਾਂ ਮੰਨ ਕੇ ਚੱਲ ਪਾ ਵੀ ਵੈਸੇ ਹਜੇ 5-4 ਦਿਨ ਤਾਂ ਨਹੀਂ ਜਗਜੀਤ ਸੁੰਦੀ ਬਾਈ ਇਹ। 5-4 ਦਿਨ ਹੋਰ ਲੈ ਜੂ? ਹਾਂ ਲੈ ਜੂਗੀ, ਬਾਕੀ ਗਰਮੀ ਆ ਪਹਿਲਾਂ ਵੀ ਸੁੱਕ ਸਕਦੀ ਆ, ਪਰ ਤਿਆਰ ਬਹੁਤ ਆ, ਬੈਡ 5-4 ਦਿਨ ਲੈ ਕੇ ਹਜੇ ਹੋਰ ਵੀ ਜ਼ਿਆਦਾ ਬਣੂਗੀ, ਹਜੇ ਢਿੱਲ ਢੁੱਲ ਬਹੁਤ ਜ਼ਿਆਦਾ ਪਈ ਆ ਬਾਈ। ਠੀਕ ਹੈ, ਲੇਵਾ ਪੋਲਾ ਹੀ ਆ, ਭੋਰਾ ਭਾਲਣੀ ਕੁਛ ਹੋਰ ਨਹੀਂ, ਲੇਵਾ ਹੀ ਆ ਮੇਰਾ ਜੀ, ਭਾਲ ਜਮਾ ਵੀ ਹੈ ਨਹੀਂ। ਠੀਕ ਹੈ। ਅੱਛਾ ਦੁੱਧ ਦਾ ਕੀ ਰਿਕਾਰਡ ਦੱਸ ਦਿਓ? ਦੁੱਧ ਵੀਰੇ ਨੇ 22-23 ਕਿਲੋ ਪਲੂਣ ਨੇ ਦਿੱਤਾ ਗਾ। ਠੀਕ ਹੈ, ਜਿੱਦਾਂ ਮੰਨ ਲਾ ਵਧੀਆ ਮੌਸਮ ਚ ਸੁੰਦੀ ਫਿਰ ਤਾਂ 30+ ਹੀ ਚੱਲਦੀ, ਪਰ 26-27 ਕਿਲੋ ਦੁੱਧ ਬੜੇ ਆਰਾਮ ਨਾਲ ਪਾਦੂ, ਵੈਸੇ ਉਹ ਗਰਮੀ ਨਹੀਂ ਮੰਨਦੀ, ਮੱਝ ਦੇ ਬਰਾਬਰ ਹੀ ਆ। ਠੀਕ ਹੈ, ਕੀ ਡਿਮਾਂਡ ਕਰਦੇ ਹੋ ਜੀ? ਡਿਮਾਂਡ ਤਾਂ ਵੀਰੇ 1-10 ਦੀ ਬੈੜ ਦੇ ਦੇਣ। ਠੀਕ ਹੈ, ਖੋਲੀ। ਸੋ ਦੋਸਤੋ ਰੇਟ 1,10,000 ਰੁਪਈਆ, ਕੱਦ ਚੰਗਾ, ਵੇਲ ਚੰਗੀ ਹੈ ਅਤੇ ਸੋਹਣੇ ਥਾਣ ਵਾਲੀ ਚੰਗਾ ਹਵਾਨਾ ਦਿਖਾਉਂਦੀ ਹੈ। ਦੂਜਾ ਸੂਆ ਇਹ ਗਾਂ ਨੇ, ਇਹ ਸਵੈੜ ਨੇ ਸੂਣਾ ਹੈ ਬਾਈ। ਦੱਸਦਾ ਵੀ ਮਾਲਕ ਕਹਿੰਦੇ 22 ਕਿਲੋ ਦੁੱਧ ਪਹਿਲੇ ਸੂਏ ਪਾਇਆ, ਇਸ ਵਾਰ ਉਮੀਦ ਵੀਰ ਨੂੰ 25 ਤੋਂ ਬਾਹਰ ਦੀ ਹੈ, ਪਰ ਦੁੱਧ ਤੁਸੀਂ ਕਿੰਨਾ ਚੋਲੋਗੇ ਉਹ ਸਮਝੋ। ਅੱਛਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਹੌਂਕਦੀ ਹਾਂਕਦੀ ਜਮਾ ਹੀ ਨਹੀਂ। ਠੀਕ ਹੈ, ਸੋ ਗਰਮੀ ਦੱਸੋ ਘੱਟ ਵੀਰ ਕਹਿੰਦਾ ਮਨਾਉਂਦੀ ਹੈ। ਵੈਸੇ ਵੀ ਜਰਸੀ ਜਿਹੜੀ ਹੈਗੀ ਉਹ ਇਸ ਪੱਖ ਤੋਂ ਥੋੜ੍ਹੀ ਕਾਮਯਾਬ ਹੈ। ਹਵਾਨਾ ਦੱਸੋ ਤੁਹਾਡੇ ਸਾਹਮਣੇ ਹੈ, ਬਹੁਤ ਸੋਹਣਾ ਤਿਆਰ ਹੈ, ਵਾਕਈ ਹਵਾਨੇ ਦੇ ਉੱਤੇ ਕੋਈ ਭਲੂਣ ਨਹੀਂ ਨਜ਼ਰ ਆਉਂਦੀ ਬਾਈ। ਹੋਰ ਤੋਰੀ ਨੂੰ ਉੱਤੋਂ ਹਜੇ ਸਪੇਸ ਪਈ ਹੈ, ਵੈਸੇ ਤਿਆਰੀ ਬਹੁਤ ਸੋਹਣੀ ਹੈ। ਠੀਕ ਹੈ, ਕੋਈ ਭਾਲ ਨਹੀਂ, ਕੁਛ ਹੋਰ ਨਹੀਂ ਤੋਰੀ। ਸੋ ਹਵਾਨਾ ਤੁਸੀਂ ਫੇਰ ਦੇਖੋ ਗਾਂ ਦਾ, ਚੰਗੇ ਕੱਦ ਕਾਠ ਵਾਲੀ ਜਰਸੀ ਦਾ ਹਵਾਨਾ ਤੁਸੀਂ ਦੇਖ ਰਹੇ ਹੋ, ਇਹ ਗੱਲ ਨੂੰ ਧਿਆਨ 'ਚ ਰੱਖ ਲਿਓ। ਅੱਗੋਂ ਜੇ ਆਪਾਂ ਅਗਾੜੀ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਬਹੁਤ ਸੋਹਣੀ, ਅਤੇ ਪਿੱਛੋਂ ਵੀ ਹਵਾਨਾ ਚੰਗਾ। ਜੇ 5 ਦਿਨ ਵੀ ਲੈ ਗਈ ਤਾਂ ਇਹਦਾ ਸਟੇਟ ਸਲਾਉਣ ਵਾਲੀ ਵੀਡੀਓ ਬਣੂਗੀ, ਕਿਉਂਕਿ ਉੱਤੋਂ ਹਵਾਨਾ ਜਦੋਂ ਹੋਰ ਭਰ ਗਈ ਇਹ ਤਾਂ ਹੋਰ ਸੋਹਣਾ ਹਵਾਨਾ ਬਣ ਜਾਣਾ। ਸੋ ਅੱਜ ਦੀ ਵੀਡੀਓ 'ਚ ਨਾਗ ਤੁਹਾਨੂੰ ਇੱਕ ਹੀ ਦਿਖਾਉਣਾ, ਪਰ ਹੈ ਫੁੱਲ ਬਿਊਟੀ ਵਾਲੀ ਇੱਕ ਜਰਸੀ ਵੈੜ। ਇਹਦੇ ਤੋਂ ਤੁਸੀਂ ਟੌਪ ਦੀਆਂ ਵੱਛੀਆਂ ਜਿਹੜੀਆਂ ਉਹ ਲੈ ਸਕਦੇ ਹੋ, ਕਿਉਂਕਿ ਥਣ ਹਵਾਨਾ ਇਹਦਾ ਬਹੁਤ ਕਮਾਲ ਦਾ, ਢਾਂਚਾ ਇਹਦਾ ਸੋਹਣਾ। ਥਣ ਮੈਂ ਦੋਨਾਂ ਸਾਈਡ ਤੋਂ ਤੁਹਾਨੂੰ, ਇੱਕ ਸਾਈਡ ਤੋਂ ਪਹਿਲਾਂ ਦਿਖਾ ਚੁੱਕਿਆ, ਇਸ ਸਾਈਡ ਤੋਂ ਫਿਰ ਤੁਹਾਨੂੰ ਥਣ ਦਾ ਸਾਈਜ਼ ਦਿਖਾਊਂਗਾ, ਬਿਲਕੁਲ ਬਰਾਬਰ ਦਾ ਹੀ ਥਣ ਜਿਹੜਾ ਉਹ ਨਜ਼ਰ ਆਊਗਾ। ਅਤੇ ਵੀਰ ਦੱਸਦਾ ਵੀ ਨਿੰਮਾ ਥੱਲੇ ਇਹਨੂੰ ਬੰਨਦੇ ਆ, ਕੋਈ ਇਹਨੂੰ ਲੋੜ ਨਹੀਂ ਵੀ ਅੱਗੇ ਦੇ ਕੋਈ ਪੱਖਾ ਲਾਉਣ ਦੀ ਜਾਂ ਇਹਨੂੰ ਵੱਖਰੀ ਕੋਈ ਠੰਡ ਦੇਣ ਦੀ। ਥਣ ਦਾ ਸਾਈਜ਼ ਦੱਸੋ, ਬਹੁਤ ਸੋਹਣਾ ਅਗਲਾ ਵੀ ਅਤੇ ਪਿਛਲਾ ਥਣ ਵੀ। ਪੋਲੀ ਚਵਾਈ ਦੀ ਉਮੀਦ ਹੈ ਵੀ ਇਹ ਵੈੜ ਨਿਕਲੂਗੀ ਜਿੱਦਾਂ ਦਾ ਇਹਦਾ ਥਣ ਦਾ ਸਾਈਜ਼ ਹੈ। ਬਾਕੀ ਇਸ ਸਾਈਡ ਤੋਂ ਫਿਰ ਇਹਦਾ ਤੁਸੀਂ ਢਾਂਚਾ ਦੇਖੋ। ਸੋ ਨਾਗ ਦੋਸਤੋ ਅੱਜ ਦੀ ਵੀਡੀਓ ਚੈੱਕ ਹੀ ਸੀ, ਪਰ ਇੱਕ ਸੋਹਣੀ ਜਰਸੀ ਤੁਹਾਨੂੰ ਦਿਖਾ ਰਿਹਾ, ਜਿਹਨੂੰ ਜਚੇ ਉਹ ਵੀਰ ਕਾਲ ਕਰਿਓ, ਨੰਬਰ ਜਿਹੜਾ ਉਹ ਟਾਈਟਲ ਸਕਰੀਨ ਉੱਤੇ ਜਿਹੜਾ ਚੱਲੀ ਜਾਂਦਾ ਦੋਸਤੋ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ।